ਅਸੀਂ ਅੱਜ ਪਹੁੰਚ ਚੁੱਕੇ ਹਾਂ ਬਾਬਾ ਬਾਲਕ ਨਾਥ ਜੀ ਦੇ। ਹੁਣ ਅਸੀਂ ਇੱਥੇ ਪਹੁੰਚੇ ਹਾਂ, ਇੱਥੇ ਜਿਹੜੇ ਬਾਬਾ ਜੀ ਸੋਨੂੰ ਚੀਮਾ ਵਾਰਡ ਤੋਂ ਮੁੱਖ ਸੇਵਾਦਾਰ, ਹੁਣ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕਿਵੇਂ ਇੱਥੇ ਸੰਗਤ ਨਿਹਾਲ ਹੋ ਰਹੀ ਆ। ਹਾਂਜੀ ਬਾਬਾ ਜੀ, ਜੈ ਬਾਬਾ ਜੀ, ਜੈ ਬਾਬਾ ਜੀ। ਹੋਰ ਜੀ, ਹਾਂਜੀ ਹਾਂਜੀ, ਕਿਵੇਂ ਇੱਥੇ ਸੰਗਤ ਕਿਵੇਂ ਨਿਹਾਲ ਹੋ ਰਹੀ ਆ? ਬਿਲਕੁਲ ਪੌਣਾਧਾਰੀ ਦੀ ਰਹਿਮਤ ਸਦਕਾ, ਪੌਣਾਧਾਰੀ ਦੀ ਕਿਰਪਾ ਦੇ ਨਾਲ ਇਹ ਸਾਰੇ ਭੰਡਾਰੇ, ਲੰਗਰ ਭੰਡਾਰੇ ਸੰਗਤਾਂ ਦੇ ਸੰਯੋਗ ਨਾਲ। ਮੈਂ ਸੰਗਤਾਂ ਦਾ ਤਾਬਿਆਦਾਰ ਹੈ, ਸੰਗਤਾਂ ਦਾ ਸੇਵਾਦਾਰ ਹੈ, ਅਕਾਲ ਪੁਰਖ ਦਾ ਮੈਂ ਬੱਚਾ ਹੈ। ਗੁਰੂ ਮਹਾਰਾਜ ਦਾ ਮਿਹਰ ਦਾ ਹੱਥ ਦਾਸ ਦੇ ਉੱਪਰ ਹੈ ਔਰ ਦਾਸ ਸੰਗਤਾਂ ਲਈ ਹੈ। ਜੋ ਵੀ ਕੁਛ ਕਰੂੰ ਸੰਗਤਾਂ ਲਈ ਕਰੂੰ। ਇਹ ਸੰਗਤਾਂ ਮੈਨੂੰ ਸਾਰੀਆਂ ਹੀ ਬਾਬਾ ਜੀ ਦੇ ਨਾਲ ਜਿੰਨੀਆਂ ਵੀ ਸੰਗਤਾਂ ਜੁੜੀਆਂ, ਜਿਨ੍ਹਾਂ ਜਿਨ੍ਹਾਂ ਬਾਬਾ ਜੀ ਦੀਆਂ ਸਿੰਘੀਆਂ ਪਾਈਆਂ, ਉਹ ਬਾਬਾ ਜੀ ਦੇ ਪੁੱਤਰ ਬਣ ਗਏ, ਜੋਗੀ ਦੇ ਪਰਿਵਾਰ 'ਚ ਰਲ ਗਏ, ਜਿਨ੍ਹਾਂ ਜਿਨ੍ਹਾਂ ਵੀ ਗੁਰੂ ਮਹਾਰਾਜ ਦੀਆਂ ਗੱਲ 'ਚ ਸਿੰਘੀਆਂ ਜੂਝ ਕਰ ਲਈਆਂ, ਉਹ ਗੁਰੂ ਮਹਾਰਾਜ ਜੀ ਦੇ ਜੋਗੀ ਦੇ ਪਰਿਵਾਰ ਦੇ ਬੱਚੇ ਬਣ ਗਏ। ਔਰ ਇਹ ਸਾਰੇ ਹੀ ਜਿੰਨੇ ਮੇਰੇ ਨਾਲ ਸੇਵਾਦਾਰ ਹੈ, ਇਹ ਜੋਗੀ ਪਰਿਵਾਰ ਦੇ ਹੀ ਇੱਕ ਬੱਚੇ ਨੇ, ਗੁਰੂ ਮਹਾਰਾਜ ਜੀ ਦੇ ਪੁੱਤਰ ਨੇ। ਉਹ ਗੁਰੂ ਮਹਾਰਾਜ ਜੀ ਦੇ ਪੁੱਤਰ ਬਣ ਕੇ ਬੜੀ ਦੇਈ ਤਨ ਮਨ ਨਾਲ ਆਪੋ ਆਪਣੀ ਥਾਂ ਡਿਊਟੀਆਂ ਨਿਭਾ ਰਹੇ ਆ, ਆਪੋ ਆਪਣੀ ਜਗ੍ਹਾ 'ਤੇ ਸੇਵਾ ਕਰ ਰਹੇ ਆ। ਔਰ ਸੇਵਾ ਦਾ ਮੌਕਾ ਸਾਲ ਪਿੱਛਾਂ ਦਾਸ ਨੂੰ ਮਿਲਦਾ ਹੈ। ਆਏ ਸਾਲ ਅਸੀਂ ਚੇਤ ਦਾ ਚਾਲਾ ਲੈ ਕੇ ਗੁਰੂ ਮਹਾਰਾਜ ਜੀ ਦੇ ਦਰਬਾਰ 'ਤੇ ਪਹੁੰਚਦੇ ਹਾਂ। ਸੰਗਤਾਂ ਬੜਾ ਸੰਯੋਗ ਦਿੰਦੀਆਂ, ਸੰਗਤਾਂ ਦੇ ਸੰਯੋਗ ਨਾਲ ਇਹ ਸਾਰੇ ਲੰਗਰ ਭੰਡਾਰੇ ਚੱਲਦੇ ਨੇ। ਔਰ ਗੁਰੂ ਮਹਾਰਾਜ ਜੀ ਦੀ ਕਿਰਪਾ, ਔਰ ਜਿੰਨੇ ਜਿੰਨੇ ਮਰੀਜ਼ ਸੰਗਤਾਂ ਦੇ, ਜਿਵੇਂ ਬੜੇ ਬੜੇ ਚਲੋ ਮਰੀਜ਼ ਬਾਬਾ ਜੀ ਦੀ ਕਿਰਪਾ ਨਾਲ ਹੀ ਉੱਥੇ ਠੀਕ ਹੁੰਦੇ ਨੇ। ਗੁੰਗੇ ਬੁਲਾਏ ਔਰ ਮੁਰਦੇ ਉਠਾਏ, ਔਰ ਜਿਹੜੇ ਦਰਦਾਂ ਲੱਤਾਂ ਗੋਡਿਆਂ ਵਾਲੇ ਉਹ ਇਸ ਵੇਲੇ ਘੋੜੇ ਵਰਗੋ ਤੁਰੇ ਫਿਰਦੇ ਨੇ। ਔਰ ਬਾਬਾ ਜੀ ਦੀ ਕਿਰਪਾ ਇੰਨੀ ਹੈ, ਇਹ ਨਾਥ ਕਲਯੁੱਗ ਦਾ ਅਵਤਾਰ ਹੈ, ਬਾਬਾ ਬਾਲਕ ਨਾਥ ਜੀ ਦਾ ਵਰਦਾਨ ਹੈ ਵੀ ਜਾ ਬਾਲਕਿਆ ਤੇਰੀ ਕਲਯੁੱਗ 'ਚ ਮਹਿਮਾ ਹੋਊਗੀ, ਘਰ ਘਰ ਤੇਰੀ ਮੰਤਾ ਹੋਊਗੀ। ਔਰ ਜਿਹੜਾ ਕਲਯੁੱਗ 'ਚ ਬਾਬਾ ਬਾਲਕ ਨਾਥ ਜੀ ਦੀ ਮੰਤਾ ਕਰਦਾ ਹੈ, ਉਹ ਸੱਚੀ ਕੱਖਾਂ ਤੋਂ ਲੱਖਾਂ 'ਚ ਪਹੁੰਚਦਾ ਹੈ। ਉਹਦੇ ਪੱਲੇ ਕੱਖ ਨਾ ਹੋਵੇ ਪਰ ਉਹ ਲੱਖਾਂ ਕਰੋੜਾਂ 'ਚ ਪਹੁੰਚੂਗਾ, ਬਹੁਤ ਦੂਰ ਮੰਜ਼ਿਲ 'ਤੇ ਪਹੁੰਚੂਗਾ, ਜਿਹੜਾ ਬਾਬਾ ਜੀ ਦੀ ਮੰਤਾ ਕਰਨ ਵਾਲਾ ਹੈ, ਬਾਬਾ ਜੀ ਦੀ ਸਿੰਘੀ ਗੱਲ 'ਚ ਪਾਉਣ ਵਾਲਾ ਹੈ। ਬਾਬਾ ਜੀ ਦੀ ਜਦੋਂ ਦੀ ਗੱਲ 'ਚ ਪਾਈ ਸਿੰਘੀ, ਜ਼ਿੰਦਗੀ ਦੇ ਵਿੱਚ ਕਦੀ ਵੇਖੀ ਨਹੀਂ ਤੰਗੀ। ਮੇਰੀ 42 ਸਾਲ ਦੀ ਉਮਰ ਹੋ ਗਈ ਹੈ, ਸਾਰੀ ਸੇਵਾ 'ਚ ਨਿਕਲ ਚੱਲੀ ਹੈ। ਔਰ ਜਿਹੜੀ ਹੋਰ ਵੀ 4 ਦਿਹਾੜੇ ਉਮਰ ਹੈ, ਕੋਈ 4 ਦਿਹਾੜੇ, ਕੋਈ ਚੰਨ ਦਿਨ, ਉਹ ਵੀ ਬਾਬਾ ਜੀ ਦੇ ਲੇਖੇ ਲੱਗੂਗੀ ਵੀ ਕਾਲੀਓ ਹੋਈ ਬੱਗੀ, ਬੱਗੀਓ ਹੋਈ ਭੂਰ, ਹੁਣ ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਉਹ ਮੈਨੂੰ ਪਿਛਲੇ ਮੌਕੇ ਦਾ ਪਤਾ ਹੀ ਨਹੀਂ ਵੀ ਹੋ ਕੀ ਰਿਹਾ ਅਤੇ ਹੋਣਾ ਕੀ ਹੈ, ਅਗਲੇ ਵਾਲੇ ਦਾ ਜ਼ਰੂਰ ਪਤਾ ਵੀ ਹੁਣ ਜਿਹੜਾ ਹੋਣਾ ਅੱਗੇ ਬਹੁਤ ਸੋਹਣਾ ਹੋਣਾ ਹੈ, ਵੀ ਬਹੁਤ ਹੀ ਵਧੀਆ ਹੋਣਾ ਹੈ, ਪਿਛਲਾ ਸਾਰਾ ਹੀ ਭੁੱਲ ਗਿਆ ਹੈ। ਉਹ ਅਗਲੇ ਵਾਲੇ ਦਾ ਪਤਾ ਹੈ ਵੀ ਅਗਲਾ ਆਉਣ ਵਾਲਾ ਸਮਾਂ ਕਿੱਦਾਂ ਦਾ ਆ ਰਿਹਾ ਹੈ। ਗੁਰੂ ਮਹਾਰਾਜ ਜੀ ਦੀ ਸੇਵਾ ਉੱਥੇ ਵੀ ਗੁੰਮੜਦੀ, ਡੇਰੇ ਦੇ ਵੀ ਚੱਲਣ ਡਈ, ਸੇਵਾ ਵੀ ਬੜੀ ਤਨ ਮਨ ਨਾਲ ਸੰਗਤ ਨੇ ਨਿਭਾਈ, ਔਰ ਸੇਵਾਦਾਰਾਂ ਨੇ ਆਪਣੀ ਦਹਾਂ ਨੌਵਾਂ ਦੀ ਕਿਰਤ 'ਚੋਂ ਜਸਵੰਦ, ਜਿੰਨੇ ਯੋਗ ਗਰੀਬ ਜਨਤਾ, ਜਿੰਨੀ ਵੀ ਮੇਰੇ ਨਾਲ ਗਰੀਬਾਂ ਦੀ, ਔਰ ਜਿੰਨੀ ਵੀ ਜ਼ਿਆਦਾ ਗਰੀਬ ਲੋਕ ਜੁੜੇ, ਅਮੀਰ ਲੋਕ ਜੁੜੇ, ਸਾਰਿਆਂ ਨੇ ਆਪਣੀ ਦੇਹੀ ਤਨ ਮਨ ਨਾਲ ਗਰੀਬੀ 'ਚੋਂ ਟਾਈਮ ਕੱਢ ਕੇ ਬੜੀ ਸੋਹਣੀ ਗੁੰਮੜ ਦੀ ਸੇਵਾ ਵੀ ਨਿਭਾਈ। ਔਰ ਗੁੰਮੜ ਵੀ ਥੋੜ੍ਹੇ ਦਿਨ ਹਾਲੇ ਕੰਮ ਕਰਵਾ ਕੇ ਉੱਥੋਂ ਫਿਰ ਮਗਰੇ ਚਾਲਾ ਲੈ ਕੇ ਬਾਬਾ ਜੀ ਦੇ ਆ ਭਜਨਾ ਠਿੱਕੀਆ ਸਾਰੇ ਸਿਲਸਿਲੇ ਥੋੜ੍ਹੇ ਦਿਨਾਂ 'ਚ ਹੋਏ, ਔਰ ਨਹੀਂ ਤਾਂ ਇੱਥੇ ਹੁਣ ਨੂੰ ਸਾਊਂਡ ਵੀ ਲੱਗਣਾ ਹੈ, ਸਭ ਕੁਝ ਹੋਣਾ ਹੈ, ਭੰਗੜੇ ਸਭ ਕੁਝ ਪੈਣੇ, ਔਰ ਸ਼ਬਦ ਚੌਂਕੀ 2 ਟਾਈਮ ਹੋਇਆ ਕਰਨੀ,
ਲੇਕਿਨ ਫਿਰ ਵੀ ਅਸੀਂ ਭੱਜ ਨੱਠ 'ਚ ਇਹ ਬਾਬਾ ਜੀ ਦਾ ਲੰਗਰ ਜਿਹੜੀ ਮਰਜ਼ਾਦਾ ਹੈ ਸ਼ੁਰੂ ਤੁਹਾਡੀ ਚੱਲਦੀ ਆਉਂਦੀ ਲੰਗਰ ਦੀ ਇਹ ਸਰਾਂ ਦੀ ਵੀ ਬੁਕਿੰਗ ਦੀ ਵੀ ਇਹ ਸਾਰਾ ਕੁਛ ਉਪਰਾਲਾ ਉੱਦਾਂ ਹੀ ਚੱਲਿਆ ਅੱਜ ਵੀ ਕਿਉਂ ਇਵੇਂ ਹੀ ਆ ਮਨਜੀਤ ਸੋਡੋ ਜਕਾਰਾ ਵਾਲੇ ਜੇ ਮੇਰੇ ਭਗਤ ਸੇਵਾ ਕਰਦੇ ਹੈ ਔਰ ਝੰਡੇ ਬਾਬਾ ਜੀ ਦੇ ਆਏ ਸਾਲੀ ਤਿਆਰ ਹੁੰਦੇ ਹੈ ਅਤੇ ਝੰਡੇ ਚੜ੍ਹਾਉਣ ਵੀ ਸੰਗਤ ਮੇਰੇ ਨਾਲ ਗੁਫਾ 'ਤੇ ਆਉਂਦੀ ਹੈ ਅਤੇ ਝੰਡੇ ਵੀ ਉਹਦੇ ਚੜ੍ਹਦੇ ਨੇ ਜਿਨ੍ਹਾਂ ਦੇ ਕਾਰੋਬਾਰ ਬਣਦੇ ਨੇ ਝੰਡੇ ਉਹਨਾਂ ਦੇ ਝੁੱਲਦੇ ਨੇ ਜਿਨ੍ਹਾਂ ਦੇ ਕਾਰੋਬਾਰ ਖੁੱਲ੍ਹਦੇ ਨੇ ਝੰਡੇ ਉਹਨਾਂ ਦੇ ਝੁੱਲਦੇ ਨੇ ਜਿਨ੍ਹਾਂ ਦੇ ਬੱਚੇ ਦੇਸਾਂ ਵਿਦੇਸਾਂ 'ਚ ਜਾਂਦੇ ਨੇ ਔਰ ਝੰਡੇ ਉਹਨਾਂ ਦੇ ਚੜ੍ਹਦੇ ਨੇ ਆਏ ਸਾਲ ਹੀ ਬੱਚੇ ਬਹੁਤ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਦੇਸਾਂ ਵਿਦੇਸਾਂ 'ਚ ਗਏ ਆ ਅਸੀਂ ਵਾਅਦਾ ਕਰਕੇ ਗਏ ਮਹਾਰਾਜ ਜੀ ਨਾਲ ਉਹ ਅੱਜ ਸਾਡਾ ਵਾਅਦਾ ਪੂਰਾ ਹੋਇਆ ਵੀ ਬਾਬਾ ਜੀ ਸਾਡੇ ਭਚੰਗੀ ਸੇਵਾਦਾਰ ਬਾਹਰ ਭੇਜੋ ਅਸੀਂ ਤੁਹਾਡੇ ਦਰਬਾਰ 'ਤੇ ਚੇਤ ਦਾ ਚਾਲਾ ਔਰ ਲੰਗਰ ਭੰਡਾਰੇ ਬੜੀ ਰੀਝ ਨਾਲ ਲਾ ਕੇ ਜਾਈਏ ਉਹ ਭਚੰਗੀ ਬਾਹਰ ਗਏ ਬਾਬਾ ਜੀ ਕਿਰਪਾ ਕਰਿਓ ਵੀ ਤੇਰੇ ਦਰਬਾਰ 'ਤੇ ਗੁੰਮਟ ਬੰਨ ਕੇ ਆਈਏ ਅੱਜ ਉਹ ਗੁੰਮਟ ਵੀ ਵੱਜਿਆ ਹੈ ਬੜੀ ਕਿਰਪਾ ਹੋਈ ਮਾਲਕ ਦੀ ਪੌਣਾਧਾਰੀ ਦੀ ਸਿੱਧ ਜੋਗੀ ਨਾਥ ਦੀ ਝੋਲੀ 'ਚੋਂ ਬਰਕਤਾਂ ਪਈਆਂ ਲਹਿਰਾਂ ਬਹਿਰਾਂ ਲਾਈਆਂ ਗਊਆਂ ਵਾਲੇ ਨੇ ਆਦਿ ਸ਼ਕਤੀ ਨੇ ਪੌਣਾਧਾਰੀ ਪੂਰਨ ਸੰਤ ਬ੍ਰਹਮਚਾਰੀ ਨੇ ਇਹ ਬ੍ਰਹਮਚਾਰੀ ਦੇ ਸਾਰੇ ਸੌਦੇ ਨੇ ਔਰ ਜਿਹੜੇ ਵੀ ਮੇਰੇ ਵੀਰ ਭੈਣ ਕੋਈ ਭਾਈ ਕੋਈ ਬਜ਼ੁਰਗ ਜਿੱਥੋਂ ਤੱਕ ਮੇਰੀ ਆਵਾਜ਼ ਨੂੰ ਸੁਣਦਾ ਹੈ ਗੁਰੂ ਵਾਲੇ ਬਣੋ ਗੁਰ ਕੀ ਦਿੱਤੀ ਕਾਰ ਕਮਾਓ ਤਾਂ ਕੰਠੀ ਗਲ ਮਾਲਾ ਪਾਓ ਬਗੈਰ ਗੁਰੂ ਤੋਂ ਜੇ ਕੋਈ ਭੱਜਾ ਫਿਰੂਗਾ ਨਾ ਸਿੰਗੀ ਪਾ ਕੇ ਤਾਂ ਵੀ ਗੱਲ ਨਹੀਂ ਬਣਨੀ ਗੁਰੂ ਵਾਲਾ ਬਣੂਗਾ ਅਤੇ ਫਿਰ ਜਾ ਕੇ ਗੱਲ ਬਣਨੀ ਕਿਸ ਗੁਰੂ ਨਾਲ ਜੁੜੂਗਾ ਜੇ ਕੋਈ ਕਹੂਗਾ ਨਾ ਵੀ ਮੈਂ ਨੁਗਰਾਈ ਕੁਛ ਕਿਸ ਤੋਂ ਮੰਗ ਲਾਂ ਕਿਸ ਗੱਦੀ ਤੋਂ ਵੀ ਜਾ ਕੇ ਪੱਲੇ ਕੁੱਖ ਨਹੀਂ ਪਊਗਾ ਅਤੇ ਜਦੋਂ ਗੁਰੂ ਵਾਲਾ ਬਣ ਜੂਗਾ ਨਾ ਇਨਸਾਨ ਤਾਂ ਪੱਲੇ ਸਭ ਕੁਛ ਹੀ ਪਊਗਾ ਮੈਂ ਬਚਪਨ ਤੋਂ ਲੈ ਕੇ 42 ਸਾਲ ਦੀ ਮੇਰੀ ਉਮਰ ਹੋ ਗਈ ਹੈ ਵੱਡੇ ਮਹਾਂਪੁਰਸ਼ਾਂ ਦੀ ਕਿਰਪਾ ਹੈ ਮੇਰਾ ਗੁਰੂ ਗੁਰੂ ਗਿਆਨਨਾਥ ਮਹਾਰਾਜ ਗੁਰੂ ਗਿਆਨਨਾਥ ਮਹਾਰਾਜ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਮੈਂ ਬੱਚਾ ਸੇਵਕ ਔਰ ਉਹ ਮੇਰੇ ਪੂਰਨ ਗੁਰੂ ਸ਼ਕਤੀਵਾਨ ਗੁਰੂ ਦਿਆਵਾਨ ਗੁਰੂ ਔਰ ਪੂਰਨ ਸੰਤ ਮੇਰੇ ਬ੍ਰਹਮਚਾਰੀ ਜਿਨ੍ਹਾਂ ਦੀ ਛਤਰ ਸਾਇਆ ਪੌਣਾਧਾਰੀ ਬਾਬਾ ਬਾਲਕ ਨਾਥ ਗੁਰੂ ਜਕਾਰਾ ਪੌਣਾਧਾਰੀ ਦਾ।